ਸਸਿਕਾ ਜੀ ਸਾਰੇ ਵੀਰਾਂ ਨੂੰ ਕੀ ਹਾਲ ਹੈ ਸਾਰਿਆਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਤਾਂ ਮੇਰਾ WhatsApp ਨੰਬਰ ਨੋਟ ਕਰ ਲਓ 76963 29488 ਬਾਕੀ ਸਕਰੀਨ ਦੇ ਉੱਤੇ ਲਿਖਿਆ ਵੀ ਆ ਰਿਹਾ ਜੀ ਤੇ ਕਿਸੇ ਵੀਰ ਨੇ ਆਪਣੇ ਚੈਨਲ ਤੇ ਐਡ ਕਰਾਉਣੀ ਹੈ ਕੋਠੀ ਦੀ ਜ਼ਮੀਨ ਦੀ ਪਲਾੜ ਦੀ ਘਰ ਦੀ ਜਾਂ ਕਿਸੇ ਮਸ਼ੀਨਰੀ ਦੀ ਤਾਂ ਇਸ ਨੰਬਰ ਤੇ 5 ਤੋਂ 7 ਫੋਟੋਆਂ ਫੋਨ ਨੂੰ ਟੇਡਾ ਕਰਕੇ ਖਿੱਚ ਕੇ ਬਾਕੀ ਉਹਦੀ ਸਾਰੀ ਜਾਣਕਾਰੀ ਜਿੰਨੀ ਵੀ ਹੁੰਦੀ ਹੈ ਲਿਖ ਕੇ ਸੈਂਡ ਕਰ ਦਿਓ ਬਹੁਤ ਹੀ ਜਲਦ ਤੁਹਾਡੀ ਐਡ ਆਪਣੇ ਚੈਨਲ ਡਾਇਰੈਕਟਰ ਮੰਡੀ ਤੇ ਲਗਾ ਦੇਗੇ ਐਡ ਲਵਾਏ ਦਾ ਕੋਈ ਖਰਚਾ ਨਹੀਂ ਜੀ ਬਿਲਕੁਲ ਫਰੀ ਦੇ ਵਿੱਚ ਐਡ ਲਿਆਉਣੇ ਜੀ ਤੇ ਨਾ ਹੀ ਕੋਈ ਕਮਿਸ਼ਨ ਹੈ ਜੀ ਵੇਚਣ ਦਾ ਖਰੀਦਣ ਦੇ ਵਿੱਚ ਤੇ ਬਹੁਤ ਸਾਰੀਆਂ ਮਸ਼ੀਨਰੀਆਂ ਤੇ ਸ਼ੋਅਰੂਮ ਲੈ ਕੇ ਹਾਜ਼ਰਾਂ ਜੀ ਤੇ ਸਾਰੇ ਵੀਡੀਓ ਨੂੰ ਦੇਖਿਓ ਜੀ ਤੇ ਜਿੰਨੇ ਵੀਰ ਵੀਡੀਓ ਨੂੰ ਦੇਖ ਰਹੇ ਨੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਹੁਣ ਕਰਦੇ ਜੀ ਵੀਡੀਓ ਦੀ ਗੱਲ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਜੀ ਟਰਾਲਾ 14 ਸੱਤ ਦਾ ਟਰਾਲਾ ਜੀ ਬਿਲਕੁਲ ਨਮਾ ਇਹ ਬਹੁਤ ਹੀ ਵਧੀਆ ਤੇ ਸ਼ੌਂਕ ਨਾਲ ਬਣਾਇਆ ਹੋਇਆ ਹੈ ਜੀ ਕਿਸੇ ਵੀ ਨੇ ਖਰੀਦਣਾ ਹੋਵੇ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਦਿੱਤਾ ਹੋਇਆ ਹੈ ਜੀ ਤੇ ਵੀਰ ਨੂੰ ਫੋਨ ਕਰਕੇ ਤੁਸੀਂ ਜਾ ਸਕਦੇ ਹੋ ਵੀਰ ਦਾ ਨੰਬਰ ਹੈ 8283002434 ਨਵੇਂ ਟੈਰ ਨੇ ਬਿਲਕੁਲ ਨਵਾਂ ਟਰਾਲਾ ਹੈ ਜੀ ਰੇਲ ਦਾ ਹਿੱਸਾ ਲੱਗਿਆ ਹੋਇਆ ਹੈ ਤੇ 29 ਕੁਮੰਟਲ ਦਾ ਹੈ ਜੀ ਤੇ ਬਹੁਤ ਹੀ ਹੈਵੀ ਹੈ ਜੀ ਤੇ ਬਹੁਤ ਹੀ ਸ਼ੌਂਕ ਨਾਲ ਤਿਆਰ ਕੀਤਾ ਹੋਇਆ ਹੈ ਜੀ ਕਿਸੇ ਵੀ ਨੇ ਟਰਾਲਾ ਖਰੀਦਣਾ ਹੋਵੇ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਹੈ ਇਹਨਾਂ ਨੂੰ ਫੋਨ ਕਰਕੇ ਤੁਸੀਂ ਜਾ ਸਕਦੇ ਹੋ ਤੇ ਟਰਾਲੇ ਨੂੰ ਖਰੀਦ ਸਕਦੇ ਹੋ ਜੀ ਅੱਗੇ ਤੁਸੀਂ ਦੇਖ ਰਹੇ ਹੋ ਜੀ ਐਗਰੀ ਕਿੰਗ ਟਰੈਕਟਰ ਜੀ 2055 ਟਰੈਕਟਰ ਹੈ 2013 ਮਾਡਲ ਹੈ ਕੰਡੀਸ਼ਨ ਬਿਲਕੁਲ A1 ਪਈ ਹੈ ਜੀ ਓਕੇ ਕੰਡੀਸ਼ਨ ਦਾ ਟਰੈਕਟਰ ਹੈ ਇੰਜਨ ਦੀ ਬੈਟਰੀ ਦੀ ਫੁੱਲ ਗਾਰੰਟੀ ਹੈ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਪਈ ਹੈ ਨਾਲ ਦੇ ਟਾਇਰ ਨੇ 35 ਤੋਂ 40% ਟਾਇਰਾਂ ਦੀ ਕੰਡੀਸ਼ਨ ਪਈ ਹੈ ਲੁਧਿਆਣਾ ਇਹਨਾਂ ਦੇ ਏਰੀਆ 'ਚ ਤੇ ਰੰਗ ਜਿਹੜਾ ਬਿਲਕੁਲ ਸਾਫ਼ ਪਿਆ ਜਿੰਨੀ ਵੀ ਸਰਵਿਸ ਵਗੈਰਾ ਹੁੰਦੀ ਹੈ ਸਾਰੇ ਵੀਰ ਨੇ ਕਰਵਾਈ ਹੋਈ ਹੈ ਜੀ 2,55,000 ਵੀਰ ਨੇ ਡਿਮਾਂਡ ਰੱਖੀ ਹੈ ਬਾਕੀ ਮੌਕੇ ਤੇ ਹੋ ਜੂਗਾ ਜੀ 2013 ਮਾਡਲ ਟਰੈਕਟਰ ਹੈ ਲੁਧਿਆਣਾ ਇਹਨਾਂ ਦਾ ਏਰੀਆ ਚ ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਜੀ 9569409066 ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਆ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਜੀ ਤੇ ਬਾਕੇ ਦੇਖ ਸਕਦੇ ਹੋ ਆਪ ਦੀ ਪੂਰੀ ਤਸੱਲੀ ਕਰਕੇ ਸਟਾਰਟ ਕਰਕੇ ਜਿਵੇਂ ਤੁਸੀਂ ਦੇਖਣਾ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ ਤੇ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਕਿਸੇ ਵੀਨੇ ਖਰੀਦਣਾ ਹੋਵੇ ਜਾ ਕੇ ਚੈੱਕ ਕਰਕੇ ਦੇਖ ਕੇ ਖਰੀਦ ਸਕਦੇ ਹੋ ਜੀ ਛਾਤਰੀ ਲੱਗੀ ਹੋਈ ਹੈ ਐਗਰੀਕਿੰਗ ਵਾਲਾ ਦਾ ਟਰੈਕਟਰ ਹੈ ਜੀ 2055 ਲੁਧਿਆਣਾ ਇਹਨਾਂ ਦਾ ਏਰੀਆ ਹੈ ਤੇ ਲੁਧਿਆਣੇ ਖੜਾ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਜੀ ਤੇ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਅੱਗੇ ਤੁਸੀਂ ਦੇਖ ਰਹੇ ਹੋ ਜੀ ਬਲੇਰੋ ਗੱਡੀ ਬਲੇਰੋ ਗੱਡੀ ਹੈ ਜੀ ਬਲੇਰੋ ਕੈਂਪਰ 2014 ਮਾਡਲ ਹੈ ਬਿਲਕੁਲ ਸਾਫ ਕੰਡੀਸ਼ਨ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਬਿਲਕੁਲ ਨਵਾਂ ਹੀ ਰੰਗ ਪਿਆ ਜੀ ਤੇ ਨਾ ਕੋਈ ਰੰਗ ਹੋਇਆ ਨਾ ਕੋਈ ਐਕਸੀਡੈਂਟ ਹੋਇਆ ਗੱਡੀ ਬਿਲਕੁਲ ਸਾਫ ਕੰਡੀਸ਼ਨ ਦੀ ਗੱਡੀ ਹੈ ਰਾਮਾ ਮੰਡੀ ਇਹਨਾਂ ਦਾ ਏਰੀਆ 'ਚ ਨਵੇਂ ਟਾਇਰ ਨੇ 4 ਲੱਖ 40 ਹਜ਼ਾਰ ਵੀਰ ਨੇ ਡਿਮਾਂਡ ਰੱਖਿਆ ਜੀ ਇੰਜਨ ਦੀ ਬੈਟਰੀ ਦੀ ਫੁੱਲ ਗਾਰੰਟੀ ਹੈ ਕਮੀ ਪੇਸ਼ੀ ਕੋਈ ਨਹੀਂ ਜਿੰਨੇ ਵੀ ਕਾਗਜ਼ ਪੱਤਰ ਹੁੰਦੇ ਸਾਰੇ ਵੀਰ ਨੇ ਕੰਪਲੀਟ ਕੀਤੇ ਹੋਇਆ ਜੀ ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਹੈ 8437390263 ਕਿਸੇ ਵੀਨੇ ਗੱਡੀ ਦੇਖਣੀ ਹੋਵੇ ਰਾਮਾ ਮੰਡੀ ਜਾ ਕੇ ਤੁਸੀਂ ਗੱਡੀ ਚੈੱਕ ਵੀ ਕਰ ਸਕਦੇ ਹੋ ਜੀ 2014 ਮਾਡਲ ਗੱਡੀ ਹੈ 4 ਲੱਖ 40 ਹਜ਼ਾਰ ਡਿਮਾਂਡ ਤੇ ਗੱਡੀ ਦੀ ਕੰਡੀਸ਼ਨ ਬਿਲਕੁਲ ਓਕੇ ਜੀ ਅੰਦਰੋਂ ਗੱਲ ਕਰੀਏ ਤਾਂ ਬਹੁਤ ਸਾਫ਼ ਪਈ ਹੈ ਜੀ ਸੀਟ ਕਵਰ ਲਾਲ ਮੈਟਿੰਗ ਤੇ ਪੂਰੀ ਓਕੇ ਗੱਡੀ ਹੈ ਕਿਸੇ ਵੀਰ ਨੇ ਖਰੀਦਣੀ ਹੋਵੇ ਰਾਮਾ ਮੰਡੀ ਜਾ ਕੇ ਤੁਸੀਂ ਦੇਖ ਸਕਦੇ ਹੋ ਜੀ ਤੇ ਜਿੰਨੇ ਵੀ ਆਪਣੇ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਨਵੇਂ ਵੀਰ ਦੇਖ ਰਹੇ ਨੇ ਤੇ ਥੱਲੇ ਇੱਕ ਲਾਲ ਰੰਗ ਦਾ ਬਟਨ ਉਹ ਜੀ ਸਬਸਕ੍ਰਾਈਬ ਵਾਲਾ ਉਹਨੂੰ ਦਬਾ ਦਿਓ ਨਾਲੇ ਘੰਟੀ ਦਾ ਬਟਨ ਹੈ ਉਹਨੂੰ ਦਬਾ ਦਿਓ ਜੀ ਤੇ ਜੁੜਜੋ ਆਪਣੇ ਚੈਨਲ ਨਾਲ ਪੱਕੇ ਤੌਰ ਤੇ ਤੇ ਜਦੋਂ ਮੈਂ ਨਵੀਂ ਵੀਡੀਓ ਪਾਵਾਂ ਤਾਂ ਉਹਦਾ ਮੈਸੇਜ ਹੈ ਜਿਹੜਾ ਉਹ ਤੁਰਤ ਤੇ ਤੁਹਾਡੇ ਮੋਬਾਈਲ ਤੇ ਚੱਲਾ ਜਾਊਗਾ ਜੀ ਤੇ ਤੁਰਤ ਤੇ ਤੁਸੀਂ ਵੀ ਵੀਡੀਓ ਨੂੰ ਦੇਖ ਸਕੋਗੇ ਜੀ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਕਰ ਦਿਓ ਜੀ ਚੱਲਦੀ ਚੱਲਦੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਜੀ ਤੇ ਹੁਣ ਤੁਸੀਂ ਦੇਖ ਰਹੇ ਹੋ ਜੀ ਸ਼ਾਉਰੂਮਸ ਚਾਰ ਸ਼ਾਉਰੂਮ ਨੇ ਆ ਤੇ ਵੀਰ ਨੇ ਐਡ ਭੇਜੀ ਐ ਤੇ ਸੇਲ ਕਰਨੀਆਂ ਜੀ ਰੇਟ ਵੀਰ ਨੇ ਫੋਨ ਤੇ ਆਖਿਆ ਤੇ ਏਰੀਆ ਇਹਨਾਂ ਦਾ ਨਦਮਪੁਰਾ ਜੀ ਤੇ ਪਟਿਆਲੇ ਰੋਡ ਤੇ ਆਹਾ ਤੇ ਬਿਲਕੁਲ ਵਧੀਆ ਦੁਕਾਨਾਂ ਕਿਸੇ ਵੀਰ ਨੇ ਖਰੀਦਣੀਆਂ ਹੋਣ ਤੇ ਵਿਕਾਊ ਹੈ ਤੇ ਜਾ ਕੇ ਤੁਸੀਂ ਚੱਕ ਵੀ ਕਰ ਸਕਦੇ ਹੋ ਜੀ ਚਾਰ ਹੈ ਜੀ ਤੇ ਚਾਰ ਦੁਕਾਨਾਂ ਆ ਮਾਲਕ ਵੀ ਉਹਦਾ ਨੰਬਰ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਜੀ 98729 25576 ਕਿਸੇ ਵੀ ਨੇ ਖਰੀਦਣੀ ਆ ਹੁਣ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਦੇਖ ਕੇ ਖਰੀਦ ਸਕਦੇ ਹੋ ਜੀ ਤੇ ਅੱਜ ਦੀ ਵੀਡੀਓ ਸਿਰਫ ਇੰਨੀ ਜੀ ਤੇ ਵੀਡੀਓ ਤੇ ਮਸ਼ੀਨਰੀਆਂ ਤੇ ਸ਼ਾਪਸ ਕਿੰਨੇ ਦੀਆਂ ਲੱਗੀਆਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸ਼ੇਅਰ ਕਰ ਦਿਓ ਅੱਗੇ ਵੀਡੀਓ ਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਜੀ